ਅੱਜ ਅਸੀਂ ਪੰਜਾਬੀ ਫਿਲਮ ਇੰਡਸਟਰੀ ਦੇ ਉਸ ਸ਼ਾਹ ਸਵਾਰ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਹਦੇ ਡਾਇਲੌਗ ਸੁਣ ਕੇ ਹਾਲ ਤਾੜੀਆਂ ਨਾਲ ਗੂੰਜ ਉੱਠਦਾ ਅਸੀਂ ਨੱਕ ਤੇ ਮੱਖੀ ਬੈਣ ਨਹੀਂ ਦਿੰਦੇ ਤੂੰ ਸਾਨੂੰ ਮੱਖੀ ਖਾਣ ਤੇ ਮਜਬੂਰ ਕਰ ਰਹੀ ਹੈ ਉਸ ਉੱਚੇ ਲੰਮੇ ਸੋਹਣੇ ਸੁਨੱਖੇ ਤੇ ਪਰਵੇਂ ਜੁੱਸੇ ਦੇ ਮਾਲਕ ਦਾ ਨਾਂ ਹੈ ਯੋਗ ਰਾਜ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੈਨੂੰ ਇਹ ਪੁੱਛਦਾ ਕਿ ਤੂੰ ਇੰਟਰਨੈਸ਼ਨਲ ਕ੍ਰਿਕਟਰ ਹੋਣ ਦੇ ਬਾਵਜੂਦ ਤੇਰਾ ਪੰਜਾਬੀ ਫਿਲਮਾਂ 'ਚ ਆਗਾਜ਼ ਕਿਵੇਂ ਹੋਇਆ ਜ਼ਿੰਦਗੀ ਸ਼ਮਿੰਦਰ ਇੱਕ ਹਾਦਸਾ ਆਦਮੀ ਕਰਨਾ ਕੁਝ ਜਾਂਦਾ ਹੈ ਹੋ ਕੁਝ ਜਾਂਦਾ ਹੈ ਬਣਨਾ ਕੁਝ ਜਾਂਦਾ ਹੈ ਬਣ ਕੁਝ ਹੋਰ ਜਾਂਦਾ ਹੈ ਮੇਰਾ ਜ਼ਿੰਦਗੀ ਦਾ ਸੁਪਨਾ ਸੀ ਮੈਂ ਇੱਕ ਬਹੁਤ ਵੱਡਾ ਕ੍ਰਿਕਟਰ ਬਣਾ ਮਿਹਨਤ ਬੜੀ ਕੀਤੀ ਔਰ ਕਈ ਵਾਰੀ ਮੈਂ ਜ਼ਿੰਦਗੀ ਸੋਚਦਾ ਕਿੱਥੇ ਫਰਕ ਪੈ ਗਿਆ ਜਿਹੜਾ ਤਮਾਮ ਉਹ ਲੋਕਾਂ ਨੂੰ ਮਿਲਿਆ ਮੈਨੂੰ ਨਹੀਂ ਮਿਲਿਆ ਮੈਂ ਅੱਜ ਵੀ ਯੂਵੀ ਖੇਡਦਾ ਪਰ ਮੈਂ ਸਵਾਲ ਕਈ ਵਾਰੀ ਆਪਣੇ ਆਪ ਨੂੰ ਪੁੱਛਦਾ ਵੀ ਇਹ ਕੁਝ ਤੂੰ ਬਣਨਾ ਨਹੀਂ ਸੀ ਚਾਹੁੰਦਾ ਜੋ ਤੂੰ ਬਣ ਗਿਆ ਪਰ ਖੈਰ 1981 ਚ ਮੇਰੇ ਪਿਤਾ ਜੀ ਜਦ ਮੌਤ ਹੋਈ ਹੈ ਉਸ ਤੋਂ ਬਾਅਦ ਮੈਨੂੰ ਘਰ ਆਉਣਾ ਪਿਆ ਵਾਪਸ ਉਦੋਂ ਫਰਸਟ੍ਰੇਸ਼ਨ ਐਨੀ ਹੋ ਚੁੱਕੀ ਸੀ ਕਿ ਮੇਰਾ ਕਈ ਵਾਰੀ ਮੇਰਾ ਦਿਲ ਕੀਤਾ ਮੈਂ ਸੁਸਾਈਸਾਈਡ ਕਮਿਟ ਕਰਾਂ ਕਈ ਵਾਰ ਮੇਰਾ ਦਿਲ ਕੀਤਾ ਮੈਂ ਉਹ ਬੰਦੇ ਸਾਰੇ ਮਾਰ ਦਿਆਂ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਮੇਰੀ ਜ਼ਿੰਦਗੀ ਨੂੰ ਇੱਕ ਸੜਕ ਤੇ ਲਿਆ ਕੇ ਸੜਦਾ ਹੈ ਔਰ ਜੇ ਸੱਚ ਪੁੱਛੇ ਤਾਂ ਮੇਰੇ ਪਿਤਾ ਜੀ ਦੀ ਮੌਤ ਇਸੇ ਹਾਸੇ ਨਾਲ ਹੋਈ ਹੈ ਕਿ ਜਿਸ ਚੀਜ਼ ਵਾਸਤੇ ਮੈਂ ਆਪਣੇ ਬੇਟੇ ਨੂੰ ਤਿਆਰ ਕੀਤਾ ਸੀ ਅੱਜ ਲੋਕਾਂ ਨੇ ਖੋ ਲਈ। ਖੈਰ ਕਰਦੇ ਕਰਾਉਂਦੇ ਮੈਂ ਇੱਕ ਦਿਨ ਆਪਣੇ ਪੰਪ ਤੇ ਬੈਠਾ ਸੀ। ਵਿਰਿੰਦਰ ਜੀ ਆਏ। ਬਾਸੀ ਬਾਜੀ। ਹੂੰ। ਤੁਮੀ ਜਾਣਦੇ ਮੈਨੂੰ। ਹਾਂ। ਉਹਨਾਂ ਨੇ ਮੈਨੂੰ ਕਿਹਾ ਵੀ ਯੋ ਮੈਂ ਪੜਿਆ ਬਹੁਤ ਬੁਰਾ ਹੋਇਆ। ਕੀ ਕਰ ਰਿਹਾ ਅੱਜਕੱਲ? ਮੈਂ ਭਾਜੀ ਕੀ ਕਰਨਾ ਉਹਨੂੰ? ਜੱਟ ਕੋਲ ਚਾਰ ਸਿਆੜ ਨੇ ਉਹ ਵੀ ਲਾਂਗੇ ਹੋਰ ਅੱਪ ਕੀ ਕਰ ਸਕਦੇ? ਮਾਤਾ ਜੀ ਮੇਰੇ ਕੁਝ ਚਾਹੁੰਦੇ ਸੀ ਮੈਂ ਕੁਝ ਹੋਰ ਕਰਾਂ ਜਿਹਦੇ ਨਾਲ ਮੇਰਾ ਦਿਲ ਲੱਗੈ ਰਵੇ ਉਹ ਇੱਕ ਫਿਲਮ ਬਣ ਰਹੀ ਸੀ ਬਟਵਾਰਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੇ ਫਿਲਮਾਂ 'ਚ ਕੰਮ ਕਰੇਂਗਾ ਮਾ ਬਾਜੀ ਮੇਂ ਤਾਂ ਫਿਲਮਾਂ ਦੀ ABC ਨਹੀਂ ਆਉਂਦੀ ਤੇ ਮੈਂ ਕੀ ਐਮ ਐਮ ਮੇ ਤੁ ਮੇਰੇ ਬਸਦਾ ਹੈ ਨਹੀਂ ਉਹ ਫਿਰ ਮੇਰੇ ਮਾਤਾ ਜੀ ਕੋਲ ਗਏ ਉਹਨਾਂ ਨੇ ਕਹਿੰਦੇ ਵੀ ਇਹ ਕਹੋ ਤਾਂ ਮੈਂ ਯੋਗ ਨੂੰ ਨਾਲ ਲੱਗਾ ਸਾਡੇ ਪਿੰਡ ਤਨੇ ਚ ਸ਼ੂਟਿੰਗ ਹੁੰਦੀ ਸੀ ਸ਼ੂਟਿੰਗ ਤੇ ਚਲੇ ਗਏ ਤੇ ਮੇਰੇ ਜਿਉ ਮੇਕਅਪ ਸ਼ੇਕਅਪ ਲਾਤਾ ਹੁਣ ਜਿਵੇਂ ਕੈਮਰੇ ਸ਼ੈਮਰੇ ਲੱਗੇ ਲੱਗੇ ਉੱਥੇ ਤੇ ਕੋ ਸੁਰਖੀ ਬਿੰਦੀ ਵਾਲਾ ਵੀ ਆ ਗਿਆ ਹਾਂ ਲਾ ਜਲਵਾਇਆ ਨਹੀਂ ਸੀ ਗੱਲਾਂ ਗੁੱਲਾਂ ਦੇ ਭਾਂ ਭਾਸ਼ੀ ਭਾਜੀ ਕਹਿੰਦੇ ਲੈ ਭਾਈ ਹੁਣ ਕੈਮਰਾ ਲੱਗਿਆ ਡਾਇਲੋਗ ਹੈਗਾ ਮੈਨੂੰ ਯਾਦ ਆ ਪਹਿਲਾ ਡਾਇਲੋਗ ਮੈਂ ਮੂਲ ਬਗੜਨਾ ਬੋਲਿਆ ਸੀ ਬਿਲਕੁਲ ਇਹ ਤੇ ਸੋਹਣਾਂ ਦੀ ਲੜਾਈ ਹੈ ਪਰ ਤੂੰ ਫਿਕਰ ਨਾ ਕਰ ਯਾਰ ਮੈਂ ਤੇਰਾ ਯਾਰ ਆ ਨਾ ਤੇਰਾ ਹਿੱਸਾ ਮੈਂ ਤੈਨੂੰ ਦਵਾਵਾਂਗਾ ਮੈਂ ਮੈਂ ਕਿਹਾ ਜੀ ਬਸ ਕਹਿੰਦੇ ਹਾਂ ਬਸ ਮੈਂ ਕਹਿੰਦਾ ਜੀ ਐਡੀ ਵੱਡੀ ਫਿਲਮ ਦੇ ਵਿੱਚ ਮੈਨੂੰ ਇਹ ਲੱਗਦਾ ਸੀ ਵੀ ਲੋਕੀ ਬੋਲੀ ਤੁਰ ਹੀ ਜਾਂਦੇ ਨੇ ਜਿ ਕੱਟ-ਛੱਟ ਵਾਲੀ ਗੱਲ ਹੀ ਕੋਈ ਨਹੀਂ ਉਹ ਕਹਿੰਦੇ ਇੰਨਾ ਹੀ ਬੋਲਣਾ ਲੈ ਮੈਂ ਕਹੇ ਕਿਹੜੀ ਗੱਲ ਬੋਲ ਦਿੰਨੇ ਆਪਾਂ ਉਹ ਮੈਂ ਪਹਿਲਾ ਡਾਇਲੋਗ ਬੋਲਿਆ ਤੇ ਓਕੇ ਹੋ ਗਿਆ ਤੇ ਬੜੀਆਂ ਤਾੜੀਆਂ ਤੁਰੀਆਂ ਵੱਜੀਆਂ ਸਾਰੇ ਤੋਂ ਚਲੋ ਉਹ ਫਿਲਮ ਬਟਵਾਰਾ ਦੇ ਵਿੱਚ ਮੈਨੂੰ ਬੈਸਟ ਐਕਟਰ ਦਾ ਅਵਾਰਡ ਵੀ ਮਿਲਿਆ ਤੇ ਮੈਂ ਖੈਰ ਅੱਜ ਤੱਕ ਵੀ ਇਹੀ ਸੋਚਦਾ ਇਹ ਕੀ ਹੋਇਆ ਕੈਸਾ ਹਾਦਸਾ ਹੋਇਆ ਸੋ ਇਸ ਤਰ੍ਹਾਂ ਫਿਲਮ ਇੰਡਸਟਰੀ ਦਾ ਆਗਾਜ਼ ਹੋਇਆ ਸ਼ਿਮੰਦਰ ਯੋਗਾ ਹੂੰ ਤੈਨੂੰ ਇਸ ਫਿਲਮ ਇੰਡਸਟਰੀ ਚ ਆਉਣ ਤੋਂ ਬਾਅਦ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਇੱਕ ਹੁਣ ਤਾਂ ਮਸ਼ਮਿੰਦਰ ਤੈਨੂੰ ਦੱਸਾਂ ਮੈਂ ਤਾਂ ਮੁਸ਼ਕਲਾਂ ਨਾਲ ਬਿਮਾਰ ਹੋ ਗਿਆ ਸ਼ੁਰੂ-ਸ਼ੁਰੂ 'ਚ ਇੱਕ ਸ਼ੂਟਿੰਗ ਅਸੀਂ ਕਰ ਰਹੇ ਸੀ ਤੇ ਇੱਕ ਟੇਕ ਹੋ ਗਿਆ ਦੂਜਾ ਟੇਕ ਹੋ ਗਿਆ ਤੀਜਾ ਟੇਕ ਹੋ ਗਿਆ ਮੈਂ ਉਹ ਕਲਾਕਾਰ ਦਾ ਨਾਮ ਹੀ ਲੈਣਾ ਉਹਨੇ ਮੈਨੂੰ ਆਂਦਾ ਓਏ ক্রিকেট ਦਾ ਮੈਦਾਨ ਆ ਗਿਆ ਜੀ ਹੈ ਵੱਡੇ ਐਕਟਰ ਪਹਿਲਵਾਨ ਬੜੀ ਉਹਨੇ ਬੇਇੱਜ਼ਤੀ ਕੀਤੀ ਤੇ ਬੜਾ ਦੁੱਖ ਵੀ ਮੈਨੂੰ ਲੱਗਿਆ ਮੈਂ ਚਲੋ ਜਿਓ ਸ਼ੂਟਿੰਗ ਤੋਂ ਬਾਅਦ ਅਸੀਂ ਘਰ ਚਲੇ ਗਏ ਮੈਂ ਆਪਣੀ ਮਾਂ ਨੂੰ ਆਖਿਆ ਮੈਂ ਕਿਹਾ ਚਾਰਾ ਤੇ ਕਮਰੇ ਬਣਾ ਦੋ ਉਹ ਕੀ ਗੱਲ ਹੈ ਮੈਂ ਕਿਹਾ ਨਹੀਂ ਇਹ ਹੁਣ ਜਦ ਤੱਕ ਇੱਥੇ ਨਾ ਨਾ ਲੱਗੇ ਤਦ ਤੱਕ ਕੁਝ ਹੁੰਦਾ ਨਹੀਂ ਜ਼ਿੰਦਗੀ ਦੇ ਵਿੱਚ ਮੈਂ ਘਰੇ ਬੜੀ ਮਿਹਨਤ ਕੀਤੀ ਸ਼ਿਵ ਜੀ ਦੀ ਮੂਰਤੀ ਮਂਗਾ ਲਈ ਘੁੰਗਰੂ ਮਂਗਾ ਲਿਆ ਸ਼ੀਸ਼ੇ ਲਵਾ ਲਏ ਕਮਰੇ 'ਚ ਦੇ ਡਾਂਸ ਕਰੀ ਜਾਣਾ ਕਦੇ ਐਸ ਜ਼ulf ਕਰ ਲੈਣੀ ਕਦੇ ਐ ਕਰ ਲੈਣਾ ਕਦੇ ਫਲਾਣਾ ਕਰ ਲੈਣਾ ਸਾਰਾ ਸਾਰਾ ਦਿਨ ਲੱਗੇ ਰਹਿਣਾ ਤੇ ਲੋਕਾਂ ਨੇ ਕਹਿਣਾ ਮੇਰੀ ਮਾਂ ਨੂੰ ਮੁੰਡਾ ਤੇਰਾ ਕਮਲਾ ਹੋ ਗਿਆ ਮੈਨੂੰ ਐ ਸੀ ਵੀ ਜਿਹੜੀ ਜਿਹੜਾ ਤਾਨਾ ਵੱਜਿਆ ਉਹ ਪੂਰਾ ਹੋਣਾ ਚਾਹੀਦਾ ਬੜੇ ਲੋਕ ਸੀ ਜਿਹੜੇ ਜੈਲਸ ਕਰਦੇ ਸੀ ਤੇ ਪਹਿਲੀ ਫਿਲਮ ਬਟਵਾਰਾ ਕਰਨ ਤੋਂ ਬਾਅਦ ਦੂਜੀ ਫਿਲਮ ਚ ਮੈਨੂੰ ਕੱਢਤਾ ਕਿਉਂ ਕੱਢਤਾ ਕਿਉਂਕਿ ਮੇਰੇ ਆਪ ਦੇ ਬੰਦੇ ਮੇਰੀ ਆਪ ਦੀ ਐਕਟਿੰਗ ਤੋਂ ਜੈਲਸ ਸੀਗੇ ਔਰ ਅਣਗਿਣਤ ਚੀਜ਼ਾਂ ਕਈ ਹੀਰੋ ਕਈ ਹੀਰੋਇਨਸ ਕਈ ਆਰਟਿਸਟ ਜਿਨ੍ਹਾਂ ਨੇ ਮੈਨੂੰ ਬਹੁਤ ਦੁਤਕਾਰਿਆ ਬਹੁਤ ਮੈਨੂੰ ਉਹਨਾਂ ਨੇ ਥੱਲੇ ਸਿੱਟਣ ਦੀ ਕੋਸ਼ਿਸ਼ ਕੀਤੀ ਪਰ ਸ਼ਾਇਦ ਰੱਬ ਨੇ ਮੈਨੂੰ ਜ਼ਿੰਦਗੀ 'ਚ ਇੱਕ ਚੀਜ਼ ਦਿੱਤੀ ਹੈ ਜਦੋਂ ਮੈਂ ਕ੍ਰਿਕਟ ਖੇਡਦਾ ਸੀ ਉਦੋਂ ਮੈਂ 8 10 12 ਘੰਟੇ ਮਿਹਨਤ ਕਰਦਾ ਸੀ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਵੀ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਮੈਨੂੰ ਜ਼ਿੰਦਗੀ 'ਚ ਸਿਲਾ ਨਹੀਂ ਮਿਲਿਆ ਮੈਂ ਉਹ ਮਿਹਨਤ ਫਿਲਮ ਇੰਡਸਟਰੀ 'ਚ ਵੀ ਸ਼ੁਰੂ ਕੀਤੀ ਹਾਂ ਔਰ ਕਰਦੇ 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 ਜਦ ਫਿਲਮ ਆਈ ਬਦਲਾ ਜਟ ਮੇਰੀ ਜਾਗੀਰ ਵਿੱਚ ਤੀਆਂ ਨੂੰ ਗੈਰਾਂ ਨਾਲ ਜੱਫੇ ਪਾਉਣ ਦੀ ਇਹੋ ਜੀ ਸਜ਼ਾ ਦਿੱਤੀ ਜਾਵੇਗੀ ਨਾ ਰਹਿਣ ਕੇ ਇਹੋ ਜੇ ਬੇਗਰਤ ਮਾ ਪਿਓ ਤੇ ਨ ਚੰਮੜ ਗਿਆ ਇਹੋ ਜੀਆਂ ਬਹਿਆ ਤੀਆਂ ਕਰੈਕਟਰ ਪਹਿਲਾਂ ਅਮਰਿਸ਼ਪੁਰੀ ਜੀ ਨੂੰ ਦਿੱਤਾ ਜਾ ਰਿਹਾ ਸੀ ਕੁਦਰਤੀ ਉਹਨਾਂ ਕੋਲ ਡੇਟਸ ਨਹੀਂ ਸੀਗੀਆਂ ਹੂੰ ਹੂੰ ਤੇ ਉਹ ਫਿਲਮ ਦੇ ਵਿੱਚ ਉਹ ਕਿਰਦਾਰ ਜਿਹੜਾ ਮਿਲਿਆ ਸ਼ਾਇਦ ਉਹ ਕਿਰਦਾਰ ਕੋਈ ਵੀ ਕਰਦਾ ਤਾਂ ਬੰਦਾ ਸਟਾਰ ਹੁੰਦਾ ਪਰ ਬੜੀ ਮਿਹਨਤ ਕੀਤੀ ਮੈਂ ਉਸ ਉਸ ਪਾਰਟਿਕੂਲਰ ਕੈਰੈਕਟਰ ਵਾਸਤੇ ਇਹ ਤੇਰੀ ਵਡਿਆਈ ਬਾਬਾ ਨਾਨਕ ਵੀ ਨਾ ਉਹ ਨਾ ਜਾਣੇ ਮੇਰਾ ਕੋਈ ਮੇਰਾ ਨਾਂ ਨਹੀਂ ਜਾਣਦਾ ਲੇਕਿਨ ਇੱਕ ਬਦਲਾ ਜੱਤੀ ਦੀ ਗੱਲ ਮੈਂ ਤੈਨੂੰ ਸੁਣਾਉਣ ਲੱਗਿਆ ਜਿਹੜਾ ਧਿਆਨ ਨਾਲ ਸੁਣਾ ਮੇਰੇ ਪਿਆਰਿਓ ਉਹ ਫਿਲਮ ਜਿੱਦਣ ਲੱਗੀ ਤੇ ਉਹ ਫਿਲਮ ਦੀ ਕਲੈਕਸ਼ਨ ਹੋਈ 500 ਰੁਪਇਆ ਅੱਛਾ ਤੇ ਗੱਲ ਪੈ ਗਏ ਮੇਰੇ ਸਾਰੇ ਕਿ ਤੂੰ ਫਿਲਮ ਵੇਚ ਕੇ ਆਇਆ ਸੀ ਤੂੰ ਫਲਾਨਾ ਕੀਤਾ ਸੀ ਤੂੰ ਧਮਕਾ ਕੀਤਾ ਸੀ ਮੇਰੇ ਮਿੱਤਰ ਨੂੰ ਫਿਲਮ ਚ ਲਿਆ ਰਹੀ ਇਸ ਕਰਕੇ ਫਿਲਮ ਨਹੀਂ ਚੱਲੀ ਫਲਾਨਾ ਧਮਕਾ ਇਹ ਉਹ ਬੜੀਆਂ ਗਾਲਾਂ ਜੀ ਸਾਨੂੰ ਪਈਆਂ ਹੈ ਮੈਂ ਬੜਾ ਕਿਉਂਕਿ ਮੇਰੇ ਹਿਸਾਬ ਨਾਲ ਇੱਕ ਅਸੀ ਫਿਲਮ ਬਣੀ ਜਿਹੜੀ ਚਲਣੀ ਚਾਹੀਦੀ ਸੀ ਸੋ ਦੂਏ ਦਿਨ ਮੈਂ ਤੇ ਸੌ ਸੁ ਗਿਆ ਅਸੀਂ ਆਪਦੇ ਪੈਗ ਸ਼ੱਕ ਲਾਇਆ ਆਪ ਤਾਂ ਟੱਲੀ ਹੋ ਕੇ ਪੈ ਗਿਆ ਮੈਂ ਕਹੇ ਗਾਲਾਂ ਕੱਢੀ ਜਾਂਦੇ ਨੇ ਸਾਨੂੰ ਅਸੀਂ ਸੀਗੇ ਵੀ ਨਵੇਂ ਕਲਾਕਾਰ ਤੇ ਸਾਨੂੰ ਕੋਈ ਨਹੀਂ ਸੁਪਝਦਾ ਫੇਰ ਸਨਿਚਰਵਾਰ ਦਾ ਟਾਈਮ ਆਇਆ ਐਤਵਾਰ ਦਾ ਟਾਈਮ ਆਇਆ ਤੇ ਲੋਕਾਂ ਨੇ ਕਹਿਤਾ ਜੀ ਇਹ ਫਿਲਮ ਫਲॉप ਹੋ ਗਈ ਚਲੋ ਆਪਦੇ ਘਰੇ ਤੇ ਮੈਂ ਬੈਠਾ ਅਰਦਾਸ ਕਰ ਰਿਹਾ ਉਸ ਖੁਦਾਵਾਲੂ ਜੀ ਹੈ ਸੱਚੇ ਪਾਸ਼ਾ ਇਹ ਹੁਣ ਇਮਤਿਹਾਨ ਚ ਪਾਉਣਾ ਨਹੀਂ ਸੀ ਤੇ ਹੁਣ ਜੇ ਪਾਇਆ ਤਾਂ ਹੁਣ ਕੱਢ ਇਹ ਕੀ ਕੋਈ ਮਤਲਬ ਸਾਰਾ ਨਜ਼ਲਾ ਹੀ ਮੇਰੇ ਤੇ ਡਿੱਗ ਪਿਆ ਆ ਕੇ ਵੀ ਕਰਦਾਰ ਇਹ ਤੋਂ ਕਿਉਂ ਕਰਾਇਆ ਜੀ ਯੋਗਰਾਜ ਨੂੰ ਵਿੱਚ ਕਿਉਂ ਪਾਇਆ ਅਮਰੀਸ਼ਪੂਰੀ ਕਰਦਾ ਸੀ ਫਲਾਣਾ ਕਰਦਾ ਸੀ ਉਹ ਤੋਂ ਕਰਵਾ ਲੋ ਸੀ ਬਹੁਤ ਕੁਝ ਮੈਨੂੰ ਕਿਹਾ ਗਿਆ ਤੇ ਮੈਂ ਅਰਦਾਸ ਕਰੀ ਮੈਂ ਕਿਹਾ ਮਹਾਰਾਜ ਇਹ ਹੁਣ ਦੇਖ ਤੇਰੀ ਮਰਜ਼ੀ ਹੈ ਵੀ ਪੱਗ ਤੇਰੀ ਮੈਲੀ ਹੁੰਦੀ ਹੈ ਇਸ ਤੋਂ ਤੇਰੇ ਤੋਂ ਇਲਾਵਾ ਮੈਂ ਤਾਂ ਰੱਬ ਤੋਂ ਇਲਾਵਾ ਅਜੇ ਤੱਕ ਕਿਸੇ ਨਾਲ ਯਾਰੀ ਪਾਈ ਹੀ ਨਹੀਂ ਜ਼ਿੰਦਗੀ ਦੇ ਵਿੱਚ ਤੇ ਉਹ ਐਸਾ ਸਵੇਰੇ 100 ਵਾਰ ਦਾ ਦਿਨ ਤੇ ਮੈਂ ਸੁਤਾ ਪਿਆ ਤੇ 10 ਵਜੇ ਮੇਰਾ ਦਰਵਾਜ਼ਾ ਖੜਕੇ ਪ੍ਰੀਤ ਪੈਰਸ ਦਾ ਉઠੋਏ ਫਲੋਲੋ ਰੌਲਾ ਪੈ ਗਿਆ ਮੈਂ ਅੱਜ ਕੁੱਟਣੀਆਂ ਆ ਗਏ ਸਾਰਾ ਯੂਨਿਟ ਵੀ ਬੈ ਇਹਨੂੰ ਬਾਹਰ ਕੱਢੋ ਤੇ ਉਹ ਮੈਂ ਜਦ ਖੋਲਿਆ ਤਾਂ ਰਵੀ ਮੈਨੂੰ ਕਹਿੰਦਾ ਕਿ ਖਿੜਕੀ ਖੋਲ ਬਾਹਰ ਲਈ ਮੈਂ ਦਰਵਾਜ਼ੇ ਦੀ ਖਿੜਕੀ ਖੋਲੀ ਤੇ ਉਹ ਟ੍ਰੱਕ ਟਰਾਲੀਆਂ 5-500 ਰੁਪਏ ਟਿਕਟ ਦੀ ਬਲੈਕ ਹੋਵੇ ਵਾਹ ਐਜੀ 2 ਲੱਖ ਦਾ ਸ਼ੇਰ 2.5 ਲੱਖ ਦਾ ਸ਼ੇਰ ਉਹ ਮੈਂ ਉਹ ਨਜ਼ਾਰਾ ਜ਼ਿੰਦਗੀ ਚ ਆਪਣੇ ਅੱਖੀ ਦੇਖਿਆ ਮੈਨੂੰ ਫਿਰ ਇਸ ਸਟੇਜ ਤੇ ਲੈ ਕੇ ਗਏ ਉਹ ਕਰੈਕਟਰ ਬੜਾ ਮਸ਼ਹੂਰ ਹੋਇਆ ਇਸ ਤਰ੍ਹਾਂ ਮੈਂ ਇਹ ਇਨਸੀਡੈਂਟ ਤੁਹਾਨੂੰ ਸੁਣਾਉਣਾ ਚਾਹੁੰਦਾ ਸੀ ਕਿ ਜ਼ਿੰਦਗੀ ਦੇ ਵਿੱਚ ਜਦ ਖੁਦਾ ਨਾਲ ਮੇਲ ਹੋਵੇ ਨਾ ਤੇ ਜਿਹੜੀ ਚੀਜ਼ ਨਹੀਂ ਵੀ ਚਲਦੀ ਉਹ ਵੀ ਤੁਰ ਪੈਂਦੀ ਹੈ ਅਣਖ ਜੱਟਾਂ ਦੇ ਵੇਲੇ ਸਾਡਾ ਜਿਹੜਾ ਡਾਇਰੈਕਟਰ ਸੀ ਰਵਿੰਦਰ ਰਵੀ ਉਹਨੂੰ ਪਾਕਿਸਤਾਨੀ ਫਿਲਮਾਂ ਦਾ ਬੜਾ ਸ਼ੌਕ ਸੀ ਔਰ ਉਸ ਦੌਰਾਨ ਪਾਕਿਸਤਾਨੀ ਫਿਲਮਾਂ ਪੰਜਾਬ ਦੇ ਵਿੱਚ ਕੋਈ ਦੇਖਦਾ ਨਹੀਂ ਸੀ ਤੇ ਉਹ ਫਿਲਮਾਂ ਪਾਕਿਸਤਾਨ ਤੋਂ ਲਿਆ ਕੇ ਜਦੋਂ ਨੇ ਮੈਨੂੰ ਦਿਖਾਈਆਂ ਕਿ ਯੋਗ ਇਸ ਤਰ੍ਹਾਂ ਦਾ ਕੈਨਵਸ ਐਕਸਟਰਾ ਦਾ ਮੈਂ ਪੋਰਟਫੋਲੀਓ ਬਣਾਉਣਾ ਚਾਹੁੰਦਾ ਜਿਹੜਾ ਕਿ ਵੀਰਿੰਦਰ ਜੀ ਦੇ ਸੋਚ ਤੋਂ ਬਿਲਕੁਲ ਅਲੱਗ ਸੀ ਉਹ ਜ਼ਿਮੀਦਾਰਾ ਉਹ ਚਾਦਰੇਕੁੜ ਤੇ ਉਹ ਜੱਟਾਂ ਵਾਲੀ ਗੱਲ ਉਹ ਕੁੜੀਆਂ ਜਿਹੜੀਆਂ ਪਾਕਿਸਤਾਨ ਜੱਜ ਵੀ ਮੌਜੂਦ ਨੇ ਸਾਡੇ ਉਹ ਤੋਂ ਉਸ ਟਾਈਮ ਤੇ ਅੱਜ ਤੋਂ 20 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਿਹਾ ਉਹ ਕੈਨਵਸ ਮੈਂ ਕੈਰੈਕਟਰ ਹੈਗੇ ਕਲਾਕਾਰ ਬਹੁਤ ਵੱਡਾ ਕਲਾਕਾਰ ਹੈ ਬਹੁਤ ਵੱਡਾ ਮੈਂ ਸਜਦਾ ਕਰਦਾ ਉਸ ਆਦਮੀ ਨੂੰ ਪਾਕਿਸਤਾਨ ਦੇ ਮੁਸਫਤ ਤਰੈਸ਼ੀ ਸਾਹਿਬ ਉਹਨਾਂ ਨੇ ਮੈਨੂੰ ਪਿੱਕ ਕੀਤਾ ਕਤਲ ਦਾ ਬਦਲਾ ਲੈਣ ਲਈ ਇਸ ਪੁੱਟੀ ਦੀ ਚਦਰ ਤੇ ਨਾਲ ਦਾ ਸਿਰ ਵੀ ਉਹਨਾਂ ਚਿਰ ਹਵਾ ਵਿੱਚ ਤੰਗ ਛੱਡਣਾ ਸੀ ਕਿ ਨਾ ਚੋ ਦੋ ਇੱਥੇ ਨਹੀਂ ਸੀ ਆਪਾਂ ਲੋਕ ਕਹਿੰਦੇ ਵੀ ਤੁਸੀਂ ਦੋ ਲੋ ਸਕੇ ਭਰਾ ਲੱਗਦੇ ਹੋ ਥੋੜਾ ਵੱਡਾ ਛੋਟਾ ਚਲੋ ਸ਼ਾਇਦ ਕਿਤੇ ਵਿਛਲੇ ਅਸੀਂ ਮੈਂ ਹਿੰਦੁਸਤਾਨ ਚੋਂ ਪਾਕਿਸਤਾਨ ਚ ਮੈਂ ਫਿਰ ਉਹਨੂੰ ਕਾਪੀ ਕਰਨਾ ਸ਼ੁਰੂ ਕੀਤਾ ਮੈਂ ਉਹਦੇ ਸਾਰੇ ਜਿਹੜੇ ਜਿਹੜੀਆਂ ਉਹਦੀਆਂ ਪਾਰਟਿਕੂਲਰ ਫਿਲਮ ਸੀਗੀਆਂ ਪਾਰਟਿਕੂਲਰ ਸ਼ਾਟਸ ਜਿਹੜੇ ਬਾਹਰ ਕੱਢ ਕੇ ਡਾਇਲੋਗ ਬੋਲਣ ਦਾ ਅੰਦਾਜ਼ ਉਹਨੂੰ ਫਿਰ ਮੈਂ ਘਰ ਪ੍ਰੈਕਟਿਸ ਕਰਨੀ ਯਾਦ ਕਰਨਾ ਔਰ ਪੜ੍ਹਾਈ ਪੜ੍ਹੀ ਤਾਂ ਅਸੀਂ ਜਾਟੇ ਵੀ ਹੁੰਦੇ ਆ ਪਤਾ ਏ ਤੁਹਾਨੂੰ ਯਾਦ ਸਕੂਲ ਤੇ ਸਾਡੇ ਕੁਝ ਹੋਇਆ ਨਾ ਪਰ ਇਹ ਡਾਇਲੋਗ ਬੜੇ ਚੇਤੇ ਰਹਿ ਗਏ ਸ਼ੁਕਰ ਕਰ ਬਲਾਉ ਤੇ ਨਹੀਂ ਸੀ ਨਹੀਂ ਤਾਂ ਰੱਬ ਦੀ ਸੌ ਹੁਣ ਤੱਕ ਤੇਰੇ ਪੁੱਤਰ ਤੱਕ ਫਣ ਮੜਾ ਤੇ ਉਸਦੀ ਚਿਤਾ ਵੀ ਠੰਡੀ ਹੋ ਚੁੱਕੀ ਹੋਣੀ ਸੀ ਸੋ ਉਹ ਜਿੰਨੀ ਪ੍ਰੈਕਟਿਸ ਮੈਂ ਆਪਣੀ ਕੀਤੀ ਉਸ ਪੁਆਇੰਟ ਆਫ View ਉਸ ਬੰਦੇ ਨੂੰ ਆਪਣੇ ਜ਼ਿਹਨ ਚ ਰੱਖ ਕੇ ਕੀਤੀ ਤੇ ਇਸ ਤਰ੍ਹਾਂ ਸ਼ੁਰੂ ਹੋਇਆ ਔਰ ਕਈ ਵਾਰੀ ਕੁਝ ਪ੍ਰੋਡਿਊਸਰਸ ਨੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਕੁਝ ਡਾਇਰੈਕਟਰਸ ਨੇ ਜਿਨ੍ਹਾਂ ਨੇ ਮੇਰੇ ਨਾਲ ਬਹੁਤ ਮਾੜਾ ਸਲੂਕ ਕੀਤਾ ਬਹੁਤ ਕੁਝ ਮੈਨੂੰ ਕਿਹਾ ਆ ਲੇਕਿਨ ਫਿਰ ਵੀ ਮੈਂ ਸਮਝਦਾ ਕਿ ਬੰਦੇ ਨੂੰ ਇਹ ਚੀਜ਼ਾਂ ਮਜ਼ਬੂਤ ਕਰਦੀਆਂ ਤਕੜਾ ਕਰਦੀਆਂ ਸ਼ਾਇਦ ਉਹ ਗੱਲਾਂ ਨਾ ਹੁੰਦੀਆਂ ਤੇ ਸ਼ਾਇਦ ਅੱਜ ਮੈਂ ਤੁਹਾਡੇ ਬਰਾਬਰ ਬੈਠਣ ਜੋਗਾ ਨਾ ਹੁੰਦਾ ਆ ਯਾਨ ਦਰਸ਼ਕਾਂ ਨਾਲ ਗੱਲ ਕਰਨ ਜੋਗਾ ਨਾ ਹੁੰਦਾ ਸੋ ਜੋ ਚੀਜ਼ ਮਿਲੀ ਹੈ ਮੈਂ ਇਹਨੂੰ ਡਿਟੇਲ ਦੇ ਵਿੱਚ ਨਹੀਂ ਕਹਿਣਾ ਚਾਹੁੰਦਾ ਪਰ ਹਾਂ ਮੈਨੂੰ ਦੁੱਖ ਬੜਾ ਹੈ ਉਹਨਾਂ ਉਹ ਚੀਜ਼ਾਂ ਤੋਂ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਮੈਨੂੰ ਦੁਤਕਾਰਿਆ ਔਰ ਫਿਰ ਬਾਅਦ ਚ ਗੱਲ ਵੀ ਲਾਇਆ ਲੇਕਿਨ ਇੱਕ ਵਾਰੀ ਦੁਤਕਾਰ ਜਾਣ ਤੋਂ ਬਾਅਦ ਗੱਲ ਲੱਗਣਾ ਬੜਾ ਔਖਾ ਹੋ ਜਾਂਦਾ ਸੋ ਇਸ ਤਰ੍ਹਾਂ ਦੀਆਂ ਕਈ ਪ੍ਰੋਬਲਮਸ ਜਿਹੜੀਆਂ ਤੁਸੀਂ ਵੀ ਜਾਣਦੇ ਹੋ ਫਿਲਮ ਇੰਡਸਟਰੀ 'ਚ ਰਹੇ ਹੋ ਹਾਲਾਂਕਿ ক্রিকেট ਦੇ ਵਿੱਚ ਨੀ ਇਹਨਾਂ ਕੁਝ ਹੁੰਦਾ ਹੈ ਤਾਂ ਉੱਥੇ ਵੀ ਜਿਹਨੂੰ ਆਪਾਂ ਪੋਲਿਟਿਕਸ ਕਹਿ ਦਿੰਨੇ ਆ ਡਰਟੀ ਪੋਲਿਟਿਕਸ ਇੱਕ ਦੂਜੇ ਨਾਲ ਆਪਾਂ ਜਰਦੇ ਨਹੀਂ ਸੋ ਉਹ ਚੀਜ਼ਾਂ ਬਹੁਤ ਮੈਂ ਸਹਿਨ ਕੀਤੀ ਬਦਲਾ ਜੱਟੀ ਤੋਂ ਬਾਅਦ ਫਿਰ ਇੱਕ ਆਪਾਂ ਨੇ ਫਿਲਮ ਕੀਤੀ ਸੀ ਇਤਿਫਾਕ ਨਾਲ ਮੈਂ ਵੀ ਨਾਲ ਸੀਗਾ ਲਲਕਾਰਾ ਜੱਟੀ ਦਾ ਉਸ ਦੌਰਾਨ ਗੁੱਗੂ ਤੇ ਤੁਸੀਂ ਹੀਰੋ ਸੀਗੇ ਤੇ ਮੈਂ ਵਿਲਨ ਸੀਗਾ ਔਰ ਉਸੇ ਦੌਰਾਨ ਨਹੀਂ ਤੁਸੀਂ ਵੀ ਵਿਲਨ ਸੀ ਤੇ ਮੈਂ ਵੀ ਵਿਲਨ ਸੀ ਤੁਸੀਂ ਪੋਜ਼ਿਟਿਵ ਤੁਹਾਡਾ ਕੈਰੈਕਟਰ ਹੀ ਸੀ ਕਿ ਤੁਸੀਂ ਕਹਾਣੀ ਦੇ ਹੀਰੋ ਸੀਗੇ ਤੇ ਫਿਲਮ ਦਾ ਹੀਰੋ ਗੁੱਗੂ ਸੀ ਜੋ ਮੈਂ ਮਹਿਸੂਸ ਕੀਤਾ ਉਹਦੇ ਵਿੱਚ ਅ ਬਹੁਤ ਵਾਰ ਹੀਰੋਸ ਅ ਪਰ ਉਸ ਦੌਰਾਨ ਜੋ ਮੈਂ ਮਹਿਸੂਸ ਕੀਤਾ ਕਿ ਤੁਹਾਡੇ ਆਪਸ ਦੇ ਯਾਰਾਂ ਨੇ ਦੇ ਵਿੱਚ ਕੁਝ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਵਟ ਵਾਸ ਦਾ ਰੀਜ਼ਨ ਐਕਚੁਅਲੀ ਨਾ ਤੇ ਦਸ ਮਿੱਟੀ ਦੇ ਅੱਬਾ ਵਿਆ ਓਏ ਜੇ ਨਾ ਦੱਸ ਦਿੱਤਾ ਤਾਂ ਤੈਨੂੰ ਤਾਪ ਛੜ ਜਾਣਾ ਏ ਸੱਜਣਾ ਸ਼ਮਿੰਦਰ ਮਾਲ ਜੀ ਗੱਲ ਇਹ ਹੈ ਅਸੀਂ ਵੱਖ ਹੋ ਗਏ ਵੱਖ ਇਸ ਕਰਕੇ ਹੋ ਗਏ ਕਿਉਂਕਿ ਲੋਕ ਕੰਨ ਭਰੀ ਜਾਂਦੇ ਸੀ ਭਰੀ ਜਾਂਦੇ ਸੀ ਭਰੀ ਜਾਂਦੇ ਸੀ ਔਰ ਮੈਂ ਜ਼ਿੰਦਗੀ 'ਚ ਹਮੇਸ਼ਾ ਇਹ ਸਮਝਦਾ ਕਿ ਬੰਦਾ ਜੋ ਮਰਜੀ ਹੋਵੇ ਕੰਨਾਂ ਦਾ ਕੱਚਾ ਕਦੇ ਨਾ ਹੋਵੇ ਮੈਂ ਅ ਬਥੇਰੀ ਕੋਸ਼ਿਸ਼ ਕੀਤੀ ਬਾਈ ਨੂੰ ਵੀ ਸਮਝਾਇਆ ਆਪ ਵੀ ਮੈਂ ਕਹਿਣ ਦੀ ਕਿਉਂਕਿ ਮੈਂ ਇੱਕ ਪਾਸੇ ਇਕੱਲਾ ਰਹਿ ਗਿਆ ਤੇ ਇਹ ਸਾਰੇ ਇਕੱਠੇ ਹੋ ਗਏ ਤੇ ਇਹ ਨਹੀਂ ਵੀ ਪਿਆਰ ਸਾਡਾ ਅੱਜ ਵੀ ਉਹਨਾਂ ਪਰ ਮੈਂ ਸਮਝਦਾ ਇਹਦਾ ਨੁਕਸਾਨ ਪੰਜਾਬੀ ਫਿਲਮ ਇੰਡਸਟਰੀ ਦਾ ਹੋਇਆ ਕਪਲਦੇਵ ਮੇਰਾ ਯਾਰ ਬਚਪਨ ਦਾ ক্রিকেট ਦਾ ਠੀਕ ਹੈ ਗੁੱਗੂ ਮੇਰਾ ਯਾਰ ਫਿਲਮ ਇੰਡਸਟਰੀ ਦਾ ਦੋ ਮੇਰੇ ਯਾਰ ਜਿਨ੍ਹਾਂ ਨਾਲ ਮੈਂ ਅਣਗਿਣਤ ਪਿਆਰ ਕੀਤਾ ਅੱਜ ਵੀ ਕਰਦਾ ਸਾਰੀ ਜ਼ਿੰਦਗੀ ਕਰਦਾ ਰਵਾਂਗਾ ਲੇਕਿਨ ਦੁੱਖ ਵਾਲੀ ਗੱਲ ਹੈ ਕਿ ਦੋਨੋਂ ਨੇ ਜ਼ਿੰਦਗੀ ਦੇ ਵਿੱਚ ਮੈਨੂੰ ਆਪਣੇ ਬੁੱਕਲ ਚੈਨਲ ਦੇ ਲੈ ਕੇ ਨਹੀਂ ਤੁਰੇ ਕਿਉਂ ਇਹਦਾ ਜਵਾਬ ਮੇਰੇ ਕੋਲ ਹੈ ਨਹੀਂ ਜੇ ਹਿੰਦੁਸਤਾਨ ਚ ਕਪਿਲ ਨੇ 400 ਵਿਕਟਾਂ ਕੱਢੀਆਂ ਜੇ ਮੈਂ ਵੀ ਉਹਦੇ ਨਾਲ ਹੁੰਦਾ ਸੈਡ ਸੜੀਆਂ ਦੋਨੋਂ ਦੀਆਂ 1500 1600 ਵਿਕਟਾਂ ਹੁੰਦੀਆਂ ਜਿਵੇਂ ਵਕਾਰ ਯੂਨਸ ਤੇ ਵਸੀਮ ਅਕਰਮ ਦੀਆਂ ਸੀ ਔਰ ਬੜੇ ਵੱਡੇ ਪਲੇਅਰ ਬੜੇ ਜੇ ਅੱਜ ਪੰਜਾਬੀ ਫਿਲਮ ਇੰਡਸਟਰੀ 'ਚ ਉਹ ਹਾਦਸੇ ਨਾ ਹੋਏ ਹੁੰਦੇ ਔਰ ਉਹ 10-12 ਸਾਲ ਜਿਹੜੇ ਗੁਜ਼ਰ ਗਏ ਜਿਹੜੇ ਚਲੇ ਗਏ ਪੰਜਾਬੀ ਦੇ ਸੇ ਖਤਮ ਹੋ ਗਏ ਉਹ ਜ਼ਿੰਦਗੀ ਚ ਕਰਦੇ ਦੁਬਾਰਾ ਵਾਪਸ ਨਹੀਂ ਆ ਸਕਦੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਉਹਨਾਂ ਦੋਸਤਾਂ ਨੂੰ ਜਿਨ੍ਹਾਂ ਬਾਰੇ ਮੈਂ ਗੱਲ ਕੀਤੀ ਹੈ ਉਹ ਕਹਿੰਦੇ ਨੇ ਬੁੱਲੇ ਨੇ ਆਪਣਾ ਮੁਰਸ਼ਿਦ ਬਣਾਇਆ ਬੁੱਲੇ ਨੇ ਆਪਣਾ ਮੁਰਸ਼ਿਦ ਬਣਾ ਲਿਆ ਕੁੰਗਰੂ ਪਾ ਕੇ ਨੱਚ ਕੇ ਮੈਂ ਕੁੰਗਰੂ ਪਾਏ ਮੈਂ ਨੱਚਿਆ ਮੈਂ ਹੱਥ ਜੋੜੇ ਬਹੁਤ ਕੁਝ ਕੀਤਾ ਪਤਾ ਨਹੀਂ ਸਾਡੇ ਨਾਚ ਸੀ ਕੀ ਕਮੀ ਸੀ ਸਾਡੇ ਯਾਰ ਮੁੜ ਕੇ ਸਾਨੂੰ ਵਾਪਸ ਨਹੀਂ ਆਏ ਰੱਬ ਦੀ ਸਾਹਮਣੇ ਮੈਂ ਇਹ ਗੱਲ ਕਹਿ ਸਕਦਾ ਮੈਨੂੰ ਮਾਫ ਕਰਨਾ ਮੈਂ ਗੱਲ ਕਹਿ ਸਕਦਾ ਕਿ ਜਿੰਨੀ ਜ਼ਿੰਦਗੀ ਮੇਰੀ ਰਹੇਗੀ ਪਾਵਾ ক্রিকেট ਸੀ ਪਾਵਾ ਫਿਲਮ ਇੰਡਸਟਰੀ ਸੀ ਪਾਵਾ ਮੇਰੀ ਫੈਮਿਲੀ ਸੀ ਪਾਵਾ ਮੇਰੇ ਰਿਸ਼ਤੇਦਾਰ ਸੀ ਪਾਵਾ ਮੇਰੇ ਦੋਸਤ ਸੀ ਉਹ ਯਾਦਾਂ ਮੈਂ ਸਾਰੀਆਂ ਸਿਮੇਟ ਕੇ ਆਪਣਾ ਦਿਲ ਬਣਾਇਆ ਇੱਕ ਐਸਾ ਦਿਲ ਬਣਾਇਆ ਜਿਹਦੇ ਵਿੱਚ ਸਿਰਫ ਉਸ ਖੁਦਾ ਦੀ ਯਾਦ ਉਸ ਪਿਤਾ ਪਰਮੇਸ਼ਰ ਦੀ ਯਾਦ ਬਸਾਈ ਕਿਉਂਕਿ ਮੈਨੂੰ ਜ਼ਿੰਦਗੀ 'ਤੇ ਯਕੀਨ ਹੋ ਗਿਆ ਕਿ ਦੁਨਿਆਵੀ ਬੰਦੇ ਨਾਲ ਪਿਆਰ ਕਰਨਾ ਜਾਇਜ਼ ਨਹੀਂ ਖੁਦਾ ਨੇ ਮੇਰੀ ਬਾਹ ਫੜੀ ਉਸ ਟਾਈਮ ਉਹਨੇ ਮੈਨੂੰ ਆਪਣਾ ਸਹਾਰਾ ਦਿੱਤਾ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਉਸ ਡੁੱਬਦੀ ਹੋਈ ਕਿਸ਼ਤੀ ਚੋਂ ਕੱਢ ਕੇ ਕਿਹਨਾਂ ਦੀ ਯਾਦ ਚ ਰੋ ਲੈ ਫਿਰਦਾ ਕਿਹਨਾਂ ਨੂੰ ਯਾਦ ਕਰਦਾ ਘਰ ਦੇ ਮਰ ਗਏ ਘਰ ਦੇ ਵਿਛੜ ਗਏ ਲੋਕੀ ਛੱਡ ਕੇ ਚਲੇ ਗਏ ਇਕੱਲਾ ਵਿਲੇਜ ਬੈਠਾ ਕਿਨੂੰ ਯਾਦ ਕਰਦਾ ਕੀ ਕੱਲਾਂ ਕਰਦਾ ਤੂੰ ਮੈਨੂੰ ਯਾਦ ਕਰ ਖੁਦਾ ਨੂੰ ਯਾਦ ਕਰ ਦੇਖ ਨਜ਼ਾਰਾ ਉਹ ਦਿਨ ਸ਼ਾਇਦ ਮੈਂ ਇਸ ਦੁਨੀਆ 'ਚ ਨਾ ਜਿਉਂਦਾ ਹੁੰਦਾ ਉਹ ਦਿਨ ਮੈਂ ਫੜਿਆ ਉਸ ਪਿਤਾ ਨੇ ਮੇਰੀ ਬਾਹ ਫੜੀ ਔਰ ਉਹ ਸਾਰੀਆਂ ਯਾਦਾਂ ਇਹ ਜਿਹੜੇ ਹੰਝੂ ਆਏ ਨੇ ਨਾ ਅੱਖਾਂ 'ਚ ਇਹ ਹੰਝੂ ਇਸ ਕਰਕੇ ਨਹੀਂ ਆਏ ਇਹ ਉਸ ਖੁਦਾ ਦੀ ਯਾਦ ਚਾਏ ਨੇ ਕਿੰਨੇ ਸਾਲ ਮੈਂ ਦੁਨੀਆ ਦੇ ਬੰਦਿਆਂ 'ਚ ਗੁਜ਼ਾਰਤੇ ਉਹਨਾਂ ਨੂੰ ਪਿਆਰ ਕਰਦੇ ਗੁਜ਼ਾਰਤੇ ਆਪਣੇ ਫਰਜ਼ ਪੂਰੇ ਕਦੇ ਪਿਓ ਦਾ ਫਰਜ਼ ਕਦੇ ਘਰ ਵਾਲ ਦਾ ਫਰਜ਼ ਕਦੇ ਪੁੱਤ ਦਾ ਫਰਜ਼ ਕਦੇ ਦੋਸਤ ਦਾ ਫਰਜ਼ ਜੇ ਐਨੇ ਫਰਜ਼ ਮੈਂ ਖੁਦਾ ਦੇ ਨਾਲ ਨਿਭਾਏ ਹੁੰਦੇ ਤਾਂ ਇਹ 50 ਸਾਲ ਜ਼ਿੰਦਗੀ ਦੇ ਮੇਰੇ ਕਰਕ ਨਾ ਹੁੰਦੇ ਬਸ ਐਨੀ ਕੀ ਯਾਦ ਹੈ ਔਰ ਰੱਬ ਕਰੇ ਮੈਂ ਇਥੋਂ ਜਾਵਾਂ ਸੰਸਾਰ ਚ ਮੈਨੂੰ ਕਿਸੇ ਦਾ ਮੋਹ ਪਿਆਰ ਤੇ ਯਾਦ ਨਾ ਰਹੇ ਵਾਹਿਗੁਰੂ ਉਹਨਾਂ ਨੂੰ ਬਸ ਦਾ ਰੱਖੇ ਜਿਉਂਦਾ ਰੱਖੇ ਲੇਕਿਨ ਸ਼ਮਿੰਦਰ ਮਾਲ ਮੈਂ ਨਦੀ ਐ ਢੀ ਵੱਡੀ ਟੱਪ ਗਿਆ ਜੇ ਆਵਾਜ਼ਾਂ ਵੀ ਕਿਸੇ ਨੇ ਮਾਰੀਆਂ ਤੇ ਮੇਰੇ ਕੰਨਾਂ ਨੂੰ ਨਹੀਂ ਸੁਣਨੀਆਂ। ਵਿਲਨ ਤੋਂ ਇੱਕਦਮ ਜਦੋਂ ਤੋਂ ਹੀਰੋ ਬਣਿਆ। ਔਰ ਫਿਰ ਹੀਰੋ ਦੀ ਲਾਈਨ ਲੱਗੀ। ਉਹਦੇ ਵਿੱਚ ਮੈਂ ਵੀ ਵਿਲਨ ਆਇਆ ਕਈ ਫਿਲਮਾਂ ਦੇ ਵਿੱਚ। ਤੇ ਜਦੋਂ ਹੀਰੋ ਬਣਿਆ ਤੇ ਉਸ ਦੌਰਾਨ ਹੀਰੋ ਦੇ ਨਾਂ ਦੇ ਨਾਲ ਕੰਮ ਕਰਕੇ ਤੈਨੂੰ ਕਿਵੇਂ ਮਹਿਸੂਸ ਹੋਇਆ? ਸਾਊਥ ਇੰਡੀਅਨ ਕੁੜੀ ਸੀ ਵਿਦਿਆਸ਼ਰੀ ਪਹਿਲੀ ਵਾਰੀ ਮੈਂ ਉਹਦੇ ਨਾਲ ਗਾਣਾ ਕਰ ਰਿਹਾ ਸੀ ਹਸਨਾ ਦੇ ਮਾਲਕ ਨੂੰ ਸਤਾਇਆ ਨਾ ਕਰੋ। ਤੇ ਉਹ ਨੂੰ ਪੰਜਾਬੀ ਨਹੀਂ ਸੀ ਆਉਂਦੀ ਤੇ ਉਹ ਥੋੜੀ ਟੈਂਬਲ ਜਿਹੀ ਬੋਲਦੀ ਸੀ ਤੇ ਨਾ ਕਦੇ ਲਵ ਸੀਨ ਕਰੋ ਤਾਂ ਉਹਨੇ ਕਿਹਾ ਜਿੰਨ ਸੋਪ ਨਿੱਲੇ ਬਿੜਤਦੇ ਮੈਂ ਹੱਸ ਪੈਣਾ ਮੈਂ ਯਾਰ ਜਦੋਂ ਆਪਾਂ ਪੰਜਾਬੀ ਗੱਲ ਕਰਦੇ ਆ ਤਾਂ ਉਸ ਵੇਲੇ ਥੋੜਾ ਜਿਹਾ ਮਹਿਸੂਸ ਹੋਇਆ ਨੇਚਰਲੀ ਫॉर ది ਪਹਿਲਾ ਜਿਹਾ ਐਜ਼ ਅ ਵਿਲਨ ਡਾਇਲੋਗ ਬੋਲਦੇ ਸੀ ਤਾਂ ਫਿਰ ਜਨਾਨੀ ਦੀ ਧੌਣ 'ਚ ਵੀ ਹੱਥ ਪਾ ਲਈਦਾ ਸੀ ਤੇ ਉਦੋਂ ਗੱਲ ਹੋਰ ਸੀ ਪਰ ਜਦ ਤੁਸੀਂ ਰੋਮਾਂਟਿਕ ਸੀਨਸ ਜਾਂ ਗਾਣਾ ਕਰਦੇ ਉਦੋਂ ਥੋੜਾ ਜਿਹਾ ਹੋਇਆ ਫੀਲ ਪਰ ਮੈਂ ਸਮਝਦਾ ਮੈਂ ਆਪਣੇ ਨੂੰ ਢਾਲ ਲਿਆ ਮੈਨੂੰ ਜਿਹਨੀਆਂ ਮੇਰੀਆਂ ਕੁਆਰਟਸ ਸੀਗੀਆਂ ਜਿੱਦਾਂ ਦਲਜੀਤ ਕੌਰ ਨੀਨਾ ਜੀ ਅ ਵਿਦਿਆਸ਼ਰੀ ਜਾਂ ਹੋਰ ਜਿੰਨੀਆਂ ਵੀ ਹੀਰੋਇਨਸ ਮੇਰੇ ਨਾਲ ਆਈਆਂ ਨੇ ਉਹਨਾਂ ਨੇ ਮੈਨੂੰ ਆਪ ਬੜਾ ਹੈਲਪ ਕੀਤਾ ਅ ਪਹਿਲੀ ਵਾਰੀ ਜਦ ਮੈਂ ਇੱਕ ਬੜਾ ਲਵ ਸੀਨ ਕਰਨ ਲੱਗਿਆ ਸੀ ਤਾਂ ਮੈਂ ਮੇਰਾ ਸਰੀਰ ਕੰਬੀ ਜਾਂਦਾ ਸੀ ਤੇ ਮੈਨੂੰ ਆਪਣੀ ਦਲਜੀਤ ਕਹਿੰਦੀ ਆ ਕੀ ਗੱਲ ਹੈ ਜਨਾਨੀ ਹੈ ਮਰਦ ਹੈ ਜਾਂ ਤਕੜਾ ਹ ਮੈਂ ਮਤਲਬ ਸੋ ਮੇਰਾ ਬੋਲਦਾ ਹੈ ਨੇਚਰਲੀ ਇੱਕ ਚੇਂਜ ਓਵਰ ਥੋੜਾ ਜਿਹਾ ਲੱਗਦਾ ਸੀ ਬਟ ਥੈਂਕਸ ਟੂ 올 ਦੀ ਕੋ ਸਟਾਰਸ ਇਨਨੇ ਮੈਨੂੰ ਯੋਗ ਨੂੰ ਤੂ ਕਾਫੀ ਡਾਇਰੈਕਟਰਸ ਨਾਲ ਕੰਮ ਕੀਤਾ ਉਹਨਾਂ ਵਿੱਚੋਂ ਤੈਨੂੰ ਕਿਹੜੇ ਡਾਇਰੈਕਟਰ ਨਾਲ ਕੰਮ ਕਰਕੇ ਮਜ਼ਾ ਆਇਆ ਸ਼ਿਵਿੰਦਰ ਮੈਂ ਸਮਝਦਾ ਬਈ ਆਪਾਂ ਹੁਣ ਜੀ ਦਾ ਨਾ ਨਾ ਲਿਆ ਉਹੀ ਉਹੀ ਰੌਲਾ ਪਾ ਕੇ ਬਹਿ ਜੂ ਪਰ ਮੇਰਾ ਕਹਿਣ ਦਾ ਮਤਲਬ ਹੈ ਤੂੰ ਵੀ ਵੈਰੀ ਪ੍ਰੈਸਾਈਸ ਜਿਵੇਂ ਸ਼ੁਰੂ ਚ ਵਰਿੰਦਰ ਜੀ ਦੀ ਟੇਕਿੰਗ ਦਾ ਸਿਸਟਮ ਸੀ ਕਾ ਮਾਸਟਰ ਸ਼ਾਟ ਪਹਿਲਾਂ ਲੈ ਲੈਂਦੇ ਸੀ ਫੇਰ ਉਹ ਕਟਿੰਗਸ ਕਰ ਲੈਂਦੇ ਸੀ ਆਰਟਿਸਟ ਨੂੰ ਕੰਫਰਟੇਬਲ ਕਰਦੇ ਸੀ ਉਹਨਾਂ ਤੋਂ ਬਾਅਦ ਰਵਿੰਦਰ ਰਵੀ ਨਾਲ ਮੈਂ ਕੰਮ ਕੀਤਾ ਬੜਾ ਇੱਕ ਠਹਿਰਾਵ ਵਾਲਾ ਡਾਇਰੈਕਟਰ ਜਰਨੈਲ ਭਾਜੀ ਨਾਮ ਇੱਕ ਫਿਲਮ ਕੀਤੀ ਸੀ ਸੁਚਾ ਸੂਰਮਾ ਉਹ ਇੱਕ ਬੜੇ ਸੁਲਝੇ ਹੋਏ ਮੈਨੂੰ ਡਾਇਰੈਕਟਰ ਲੱਗੇ ਮੇਰਾ ਖਿਆਲ ਹਰ ਹਰ ਡਾਇਰੈਕਟਰ ਆਪਣੀ ਆਪਣੀ ਜਗ੍ਹਾ ਉਹਦਾ ਆਪਣਾ ਇੱਕ ਮਕਾਮ ਸੀ ਸੋ ਮੈਂ ਮੈਂ ਕਿਸੇ ਨੂੰ ਡਿਫਰੈਂਸ਼ੀਏਟ ਨਹੀਂ ਕਰਦਾ ਪਰ ਫਿਰ ਵੀ ਮੈਂ 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 ਸਮਝਾਂਗਾ ਰਵਿੰਦਰ ਰਵੀ ਨਾਲ ਇੰਨੀਆਂ ਫਿਲਮਾਂ ਕਰਨ ਤੋਂ ਬਾਅਦ ਉਹ ਇੱਕ ਜ਼ਹਿਨ ਚ ਡਾਇਰੈਕਟਰ ਬੈਠਦਾ ਜਿਹਦੇ ਨਾਲ ਕੰਮ ਕਰਨ ਦਾ ਕਾਫੀ ਮਜ਼ਾ ਆਇਆ ਜਿੰਨੇ ਆਉਣ ਵਾਲੇ ਬੱਚੇ ਐ ਸਟੂਡੈਂਟਸ ਨੇ ক্রিকেট ਦੀ ਕੋਚਿੰਗ ਲੈਣਾਉਂਦੇ ਆ ਕੀ ਉਹਨਾਂ ਨੂੰ ক্রিকেট ਦੇ ਅੱਛੇ ਕ੍ਰਿਕਟਰ ਬਣਾਉਣ ਦੀ ਮੇਰੀ ਜ਼ਿੰਦਗੀ ਦੀ ਇੱਕ ਰੀਜ ਸੀ ਜਦ ਕ੍ਰਿਕਟ ਮੇ ਤੋਂ ਖੋਈ ਗਈ ਮੈਂ ਖੁਦਾ ਅਗੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਇਹ ਨਜਾਇਜ਼ ਹੈ ਇਹ ਠੀਕ ਨਹੀਂ ਉਹਨੇ ਮੈਨੂੰ ਇੱਕ ਲਾਲ ਦਿੱਤਾ ਯੁਵਰਾਜ ਸਿੰਘ ਦੇ ਸ਼ਕਲ ਚ ਮੈਂ ਬੜਾ ਸ਼ੁਕਰਗੁਜ਼ਾਰ ਨਾ ਕਰਗੜਦਾ ਰੋਜ਼ ਉਸ ਖੁਦਾ ਦੇ ਸਾਹਮਣੇ ਕਿਹਾ ਜਾ ਪੁੱਤਰ ਸਾਰਿਆਂ ਨੂੰ ਦਈ ਮੇਰੀ ਕ੍ਰਿਕਟ ਦੀ ਦੌੜ ਯੂਵੀ ਤੱਕ ਸੀਗੀ ਅਜੇ ਪੂਰੀ ਨਹੀਂ ਹੋਈ ਪੂਰੀ ਉਦੋਂ ਹੋਏਗੀ ਜਿੱਦਨ ਉਹ ਦੁਨੀਆ ਦਾ ਮਹਾਨ ਖਿਡਾਰੀ ਉਹਨੂੰ ਲੋਕ ਕਹਿਣਗੇ ਉਹ ਵਿਵਰੇਜਟ ਤੰਦੂਲਕਰ ਇਹਦਾ ਨਾਮ ਉਹਦਾ ਬੱਜੇਗਾ ਲਿਵਿੰਗ ਲੈਜੈਂਡ ਉਦੋਂ ਮੇਰੀ ਉਹ ਤਮੰਨਾ ਪੂਰੀ ਹੋ ਜਾਗੀ ਮੇਰੀ ਉਸ ਤੋਂ ਬਾਅਦ ਕ੍ਰਿਕਟ ਦੇ ਖੁਆਇਸ਼ ਨਹੀਂ ਸੀ ਲੇਕਿਨ ਫਿਰ ਮੈਨੂੰ ਸ਼ਾਇਦ ਖੁਦਾ ਨੇ ਕਿਹਾ ਕਿ ਤੈਨੂੰ ਇਹ ਚੀਜ਼ ਦਿੱਤੀ ਹੈ ਇਕੱਲੇ ਤੇਰੇ ਮੁੰਡੇ ਵਾਸਤੇ ਨਹੀਂ ਦਿੱਤੀ ਸੀ ਹੋਰ ਵੀ ਤੂੰ ਕੰਮ ਕਰ ਔਰ ਮੈਂ ਕੋਚਿੰਗ ਕਰ ਰਿਹਾ ਕੁਝ ਐਹੋ ਜੇ ਬੱਚੇ ਮੇਰੇ ਕੋਲ ਹੈਗੇ ਆ ਕਰਪਾ ਤਾਂ ਖੁਦਾ ਨੇ ਕਰਨੀ ਬੰਦੇ ਦੇ ਹੱਥ ਕੁਝ ਨਹੀਂ ਹੁੰਦਾ ਆਉਣ ਵਾਲੇ ਟਾਈਮ 'ਚ ਹਿੰਦੁਸਤਾਨ ਖੇਡਣਗੇ ਔਰ ਸ਼ਾਇਦ ਮਹਾਰਾਜ ਕੁਝ ਐਹੋ ਜਿਹਾ ਕੰਮ ਕਰੇ ਕਿ ਯੂਵੀ ਹਿੰਦੁਸਤਾਨ ਦਾ ਕਪਤਾਨ ਹੋਵੇ ਤੇ 4-5 ਬੰਦੇ ਸਾਡੇ ਸਟੂਡੈਂਟਸ ਖੇਡਦੇ ਹੋਣ ਯੋਗਰਾਜ ਸਿੰਘ ਜੀ ਤੁਹਾਡਾ ਸਾਡੇ ਪ੍ਰੋਗਰਾਮ 'ਚ ਆਉਣ ਦਾ ਬਹੁਤ ਬਹੁਤ ਧੰਨਵਾਦ ਪੰਜਾਬੀ ਫਿਲਮ ਇੰਡਸਟਰੀ 'ਚ ਆਉਣ ਵਾਲੇ ਆ ਮੁੰਡੇ ਕੁੜੀਆਂ ਵਾਸਤੇ ਕੋਈ ਸੰਦੇਸ਼ ਹੈਗਾ ਰਾਮ ਤੇਰੀ ਗੰਗਾ ਮੈਲੀ ਹੋ ਗਈ ਪੰਜਾਬੀ ਫਿਲਮ ਰਸਟਾ ਸਤਿਆਨਾਸ ਬੱਜਿਆ ਹੋਇਆ ਇਹਨੂੰ ਸਵਾਰ ਲਓ ਇਹਨੂੰ ਠੀਕ ਕਰ ਲਓ ਇਹ ਪਾਣੀ ਦੁਬਾਰਾ ਪਵਿੱਤਰ ਹੋ ਜਾਏ ਬਸ ਇੰਨੀ ਮੇਰੀ ਬੇਨਤੀ ਹੈ ਤੁਹਾਨੂੰ ਸਾਰੇ ਪਿਆਰੇ ਦਰਸ਼ਕੋ ਇਹ ਸੰਸ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਥੰਮ yograj singh ਪੰਜਾਬੀ ਟੋਕੀ ਦੀ ਲੜੀ ਨੂੰ ਬਰਕਰਾਰ ਰੱਖਦੇ ਹੋਏ ਅਗਲੀ ਵਾਰੀ ਫੇਰ ਅਸੀਂ ਕਿਸੇ ਪੰਜਾਬੀ ਫਿਲਮ ਇੰਡਸਟਰੀ ਦੀ ਕਿਸੇ ਵੱਡੀ ਹਸਤੀ ਨੂੰ ਲੈ ਕੇ ਆ ਰਹੇ ਹਾਂ ਤੁਹਾਡੇ ਰੋਬਰੋ ਤਦ ਤੱਕ ਲਈ ਆ ਗਿਆ ਦੋ ਚੱਲ ਚੈਨਲ ਪੰਜਾਬ ਸ਼ਾਨ ਪੰਜਾਬ ਦੀ